ਰਾਮਪ੍ਰਫੁੱਲ ਸ਼ਹਿਰ ਦੇ ਖੁਰਾਕ ਸਪਲਾਈ ਵਿਭਾਗ ਦਾ ਹਾਲ। ਸਵੇਰੇ 11:30 ਵਜੇ ਸਰਕਾਰੀ ਦਫ਼ਤਰ ਮਿਲਿਆ ਬੰਦ, ਦਫ਼ਤਰ ਨੂੰ ਲੱਗਿਆ ਹੋਇਆ ਸੀ ਜਿੰਦਰਾ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੁਕਮਾਂ ਦੀ ਉਲੰਘਣਾ, ਕੀ ਇਸ ਤਰ੍ਹਾਂ ਕਰਦੇ ਨੇ ਸਰਕਾਰੀ ਅਫਸਰ ਆਪਣੀ ਡਿਊਟੀ? ਪੰਜਾਬ ਸਰਕਾਰ ਦੇ ਸਰਕਾਰੀ ਅਫਸਰਾਂ ਦਾ 9 ਵਜੇ ਦਫ਼ਤਰ 'ਚ ਪਹੁੰਚਣ ਦਾ ਅਸਲੀ ਸੱਚ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੁਕਮ ਰੱਦੀ ਦੀ ਟੋਕਰੀ 'ਚ। ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਜਿਹੜੇ ਵੱਖ ਵੱਖ ਦਫ਼ਤਰਾਂ ਜਿਹੜਾ ਸਮਾਂ ਸੀਗਾ ਉਹ 9 ਵਜੇ ਨਿਰਧਾਰਿਤ ਕੀਤਾ ਗਿਆ ਸੀਗਾ, ਵੀ 9 ਵਜੇ ਜਿਹੜੇ ਹਰ ਇੱਕ ਅਧਿਕਾਰੀ ਆ ਉਹ ਆਪਦੇ ਦਫ਼ਤਰਾਂ ਦੇ ਵਿੱਚ ਆਮ ਲੋਕਾਂ ਨੂੰ ਮਿਲਣਗੇ, ਸਮੱਸਿਆਵਾਂ ਗੀਆਂ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਸੁਣਨਗੇ। ਪਰ ਤੁਸੀਂ ਜੋ ਤਸਵੀਰਾਂ ਤੁਹਾਨੂੰ ਅੱਜ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਉਹ ਹੈਰਾਨ ਕਰ ਦੇਣਗੀਆਂ। ਰਾਮਪ੍ਰਫੁੱਲ ਦਾ ਇਹ ਫੂਡ ਸਪਲਾਈ ਵਿਭਾਗ ਦਾ ਦਫ਼ਤਰ ਆ, ਖੁਰਾਕ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਰਾਮਪ੍ਰਫੁੱਲ। 11:30 ਦਾ ਤਕਰੀਬਨ ਟਾਈਮ ਹੋ ਚੁੱਕਿਆ ਔਰ ਦਫ਼ਤਰ ਤੁਸੀਂ ਦੇਖ ਸਕਦੇ ਹੋ ਜਿੰਦਾ ਲੱਗਿਆ ਵਾ। ਇਸ ਤਰ੍ਹਾਂ ਦੀਆਂ ਜਿਹੜੀਆਂ ਸਹੂਲਤਾਂ ਗੀਆਂ ਉਹ ਆਮ ਪਬਲਿਕ ਨੂੰ ਜਿਹੜੇ ਹੈਗੇ ਰਾਮਪ੍ਰਫੁੱਲ ਦੇ ਵਿੱਚ ਮਿਲ ਰਹੀਆਂ ਗੀਆਂ। ਕਿੰਨੀ ਹੈਰਾਨੀ ਦੀ ਗੱਲ ਆ ਵੀ ਇੱਕ ਪਾਸੇ ਮੁੱਖ ਮੰਤਰੀ ਪੰਜਾਬ ਜਿਹੜੇ ਹੈਗੇ ਹੈਗੇ ਉਹ ਲੋਕਾਂ ਨੂੰ ਸਹੂਲਤਾਂ ਦੇਣ ਦੇ ਲਈ ਤੱਤਪਰ ਆ ਔਰ ਅੱਧੀ ਰਾਤ ਵੀ ਆਮ ਪਬਲਿਕ ਨਾਲ ਤੁਸੀਂ ਗੱਲਾਂ ਕਰਦੇ ਜਾਂ ਆਮ ਪਬਲਿਕ ਨੂੰ ਮਿਲਦੇ ਜ਼ਰੂਰ ਵੇਖੋਗੇ। ਪਰ ਹੈਰਾਨੀ ਦੀ ਗੱਲ ਆ ਵੀ ਜਿਹੜੇ ਪੰਜਾਬ ਸਰਕਾਰ ਦੇ ਵੱਖ ਵੱਖ ਦਫ਼ਤਰਾਂ ਦੇ ਵਿੱਚ ਅਧਿਕਾਰੀ ਕੰਮ ਕਰਦੇ ਆ, ਜਿਵੇਂ ਤੁਹਾਨੂੰ ਆ ਤਸਵੀਰਾਂ ਰਾਮਪ੍ਰਫੁੱਲ ਦੇ ਫੂਡ ਸਪਲਾਈ ਦਫ਼ਤਰ ਦੀਆਂ ਦਿਖਾ ਰਹੇ ਹਾਂ। 11:30 ਵਜੇ ਦਫ਼ਤਰ ਨੂੰ ਜਿੰਦਾ ਲੱਗਿਆ ਵਾ। 2-3 ਫੂਡ ਸਪਲਾਈ ਇੰਸਪੈਕਟਰਾਂ ਨੂੰ ਕਾਲ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਉਹਨਾਂ ਨੇ ਜਿਹੜਾ ਫੋਨ ਆ ਉਹ ਚੱਕਣਾ ਜ਼ਰੂਰੀ ਨਹੀਂ ਸਮਝਿਆ। ਇਹ ਹਾਲਾਤ ਆ ਕਿ ਪੰਜਾਬ ਦੇ ਸਰਕਾਰੀ ਦਫ਼ਤਰਾਂ ਦੇ ਤੁਸੀਂ ਦੇਖ ਸਕਦੇ ਹੋ ਕਿ ਆਮ ਲੋਕਾਂ ਨੂੰ ਇੱਥੋਂ ਕੀ ਆਪਾਂ ਉਮੀਦ ਕਰ ਸਕਦੇ ਹਾਂ ਵੀ ਕੀ ਸਹੂਲਤਾਂ ਮਿਲਣਗੀਆਂ। ਭਾਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਵਾਰ ਵਾਰ ਵੱਡੇ ਵੱਡੇ ਦਾਅਵੇ ਕਰ ਰਹੇ ਆ ਆਮ ਪਬਲਿਕ ਨੂੰ ਸਹੂਲਤਾਂ ਦੇਣ ਦੇ, ਵੀ ਬਾਬਾ ਜਿਹੜੇ ਦਫ਼ਤਰਾਂ ਦੇ ਵਿੱਚ ਆ ਉਹਨਾਂ ਨੂੰ ਹਰ ਪ੍ਰਕਾਰ ਦੀ ਜਿਹੜੀ ਸਹੂਲਤ ਦਿੱਤੀ ਜਾਊਗੀ, ਪਰ ਸਹੂਲਤਾਂ ਦਾ ਜੋ ਅੱਖੀ ਡਿੱਠਾ ਹਾਲ ਆ ਉਹ ਤੁਹਾਨੂੰ ਅੱਜ ਰਾਮਪ੍ਰਫੁੱਲ ਦੇ ਵਿੱਚ ਦਿਖਾ ਰਹੇ ਹਾਂ। 11:30 ਵਜੇ ਦਾ ਟਾਈਮ ਹੋ ਚੁੱਕਿਆ ਜਦੋਂ ਕਿ ਸਰਕਾਰੀ ਦਫ਼ਤਰਾਂ ਦਾ ਟਾਈਮ ਆ ਉਹ 9 ਵਜੇ ਆ। ਇੱਥੇ 1 PM ਤੱਕ ਵੀ ਹੈ ਨੀਗਾ ਔਰ ਦੂਸਰਾ ਦੇਖੋ ਤੁਸੀਂ ਜਿੰਦਾ ਲੱਗਿਆ ਵਾ। ਇੱਥੋਂ ਸਾਫ਼ ਪਤਾ ਲੱਗਦਾ ਵੀ ਕਿੰਨੀਆਂ ਕਿਹੜੀਆਂ ਸਹੂਲਤਾਂ ਗੀਆਂ ਉਹ ਪੰਜਾਬ ਦੇ ਲੋਕਾਂ ਨੂੰ ਜਾਂ ਆਮ ਪਬਲਿਕ ਨੂੰ ਮਿਲ ਰਹੀਆਂ ਗੀਆਂ। ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਰਾਮਪ੍ਰਫੁੱਲ ਤੋਂ, ਕੈਮਰਾਮੈਨ ਰਮਨਪ੍ਰੀਤ ਨਾਲ ਜਸਵੀਰ ਔਲਖ ਰਾਮਪ੍ਰਫੁੱਲ।